ਬਾਲੀਵੁੱਡ ਦਾ ਇੱਕ ਹੋਰ ਕਿਊਟ ਕਪਲ ਪੇਰੈਂਟਸ ਬਣਨ ਵਾਲਾ ਹੈ। ਅਸੀਂ ਗੱਲ ਕਰ ਰਹੇ ਹਾਂ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੀ, ਜਿਨ੍ਹਾਂ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣ ਵਾਲੀਆਂ ਨੇ। ਹਾਲਾਂਕਿ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਚਰਚਾਵਾਂ ਵੀ ਰਹੀਆਂ ਨੇ। ਦੀਪਿਕਾ ਨੂੰ ਅਕਸਰ ਲੂਜ਼ ਕੱਪੜਿਆਂ 'ਚ ਦੇਖਿਆ ਜਾਂਦਾ ਸੀ, ਪਰ ਹੁਣ ਖੁਦ ਦੀਪਿਕਾ ਪਾਦੂਕੋਨ ਨੇ ਆਪਣੀ ਪ੍ਰੈਗਨੈਂਸੀ ਤੇ ਚੁੱਪੀ ਤੋੜਦਿਆਂ ਖੁਸ਼ਖਬਰੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਦੱਸ ਦਈਏ ਕਿ ਦੀਪਿਕਾ ਪਾਦੂਕੋਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਪੋਸਟ ਤੇ ਇੱਕ ਕਾਰਡ ਬਣਿਆ ਹੋਇਆ ਹੈ ਜਿਸ ਤੇ ਬੱਚਿਆਂ ਦੇ ਕੱਪੜਿਆਂ, ਖਿਡੌਣਿਆਂ ਤੇ ਜੁੱਤੀਆਂ ਦੀਆਂ ਤਸਵੀਰਾਂ ਬਣੀਆਂ ਨੇ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦਾ ਨਾਮ ਵੀ ਲਿਖਿਆ ਹੋਇਆ ਹੈ। ਅਭਿਨੇਤਰੀ ਦੀ ਇਸ ਪੋਸਟ ਤੇ ਲਿਖੀ ਹੋਈ ਤਰੀਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜੋੜੇ ਦੇ ਨਾਵਾਂ ਦੇ ਉੱਪਰ ਹੀ ਸਤੰਬਰ 2024 ਲਿਖਿਆ ਹੋਇਆ ਹੈ। ਕੈਪਸ਼ਨ ਦੇ ਵਿੱਚ ਬਿਨਾਂ ਕੁਝ ਕਹੇ ਦੀਪਿਕਾ ਨੇ ਧੰਨਵਾਦ ਅਦਾ ਕਰਨ ਵਾਲੀ, ਯਾਨੀ ਹੱਥ ਜੋੜਨ ਵਾਲੀ ਤੇ ਨਜ਼ਰ ਨਾ ਲੱਗਣ ਵਾਲੀ ਇਮੋਜੀ ਬਣਾਈ ਹੈ। ਸਤੰਬਰ 2024 ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਦੀਪਿਕਾ ਸਤੰਬਰ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇਵੇਗੀ ਤੇ ਜਲਦ ਹੀ ਇਹ ਦੋਨੋਂ ਸਿਤਾਰੇ ਮੰਮੀ ਪਾਪਾ ਬਣ ਜਾਣਗੇ। ਹਾਲਾਂਕਿ ਦੀਪਿਕਾ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੇ ਹੋਰ ਸਿਤਾਰਿਆਂ ਵੱਲੋਂ ਵੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਬਾਲੀਵੁੱਡ ਦਾ ਇੱਕ ਹੋਰ ਕਿਊਟ ਕਪਲ ਪੇਰੈਂਟਸ ਬਣਨ ਵਾਲਾ ਹੈ। ਅਸੀਂ ਗੱਲ ਕਰ ਰਹੇ ਹਾਂ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੀ, ਜਿਨ੍ਹਾਂ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣ ਵਾਲੀਆਂ ਨੇ। ਹਾਲਾਂਕਿ ਦੀਪਿਕਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਚਰਚਾਵਾਂ ਵੀ ਰਹੀਆਂ ਨੇ। ਦੀਪਿਕਾ ਨੂੰ ਅਕਸਰ ਲੂਜ਼ ਕੱਪੜਿਆਂ 'ਚ ਦੇਖਿਆ ਜਾਂਦਾ ਸੀ, ਪਰ ਹੁਣ ਖੁਦ ਦੀਪਿਕਾ ਪਾਦੂਕੋਨ ਨੇ ਆਪਣੀ ਪ੍ਰੈਗਨੈਂਸੀ ਤੇ ਚੁੱਪੀ ਤੋੜਦਿਆਂ ਖੁਸ਼ਖਬਰੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਦੱਸ ਦਈਏ ਕਿ ਦੀਪਿਕਾ ਪਾਦੂਕੋਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਪੋਸਟ ਤੇ ਇੱਕ ਕਾਰਡ ਬਣਿਆ ਹੋਇਆ ਹੈ ਜਿਸ ਤੇ ਬੱਚਿਆਂ ਦੇ ਕੱਪੜਿਆਂ, ਖਿਡੌਣਿਆਂ ਤੇ ਜੁੱਤੀਆਂ ਦੀਆਂ ਤਸਵੀਰਾਂ ਬਣੀਆਂ ਨੇ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦਾ ਨਾਮ ਵੀ ਲਿਖਿਆ ਹੋਇਆ ਹੈ। ਅਭਿਨੇਤਰੀ ਦੀ ਇਸ ਪੋਸਟ ਤੇ ਲਿਖੀ ਹੋਈ ਤਰੀਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜੋੜੇ ਦੇ ਨਾਵਾਂ ਦੇ ਉੱਪਰ ਹੀ ਸਤੰਬਰ 2024 ਲਿਖਿਆ ਹੋਇਆ ਹੈ। ਕੈਪਸ਼ਨ ਦੇ ਵਿੱਚ ਬਿਨਾਂ ਕੁਝ ਕਹੇ ਦੀਪਿਕਾ ਨੇ ਧੰਨਵਾਦ ਅਦਾ ਕਰਨ ਵਾਲੀ, ਯਾਨੀ ਹੱਥ ਜੋੜਨ ਵਾਲੀ ਤੇ ਨਜ਼ਰ ਨਾ ਲੱਗਣ ਵਾਲੀ ਇਮੋਜੀ ਬਣਾਈ ਹੈ। ਸਤੰਬਰ 2024 ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਦੀਪਿਕਾ ਸਤੰਬਰ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇਵੇਗੀ ਤੇ ਜਲਦ ਹੀ ਇਹ ਦੋਨੋਂ ਸਿਤਾਰੇ ਮੰਮੀ ਪਾਪਾ ਬਣ ਜਾਣਗੇ। ਹਾਲਾਂਕਿ ਦੀਪਿਕਾ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੇ ਹੋਰ ਸਿਤਾਰਿਆਂ ਵੱਲੋਂ ਵੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ।